तुसी सुन रहे हो चावला न्यूज नेटवर्क टोरंटो CNN टोरंटो। वेरी गुड मॉर्निंग, वेलकम जी, आनु स्वागत है, सत श्री अकाल। सुप्रीम कोर्ट ने कहा कि रब नू घरे बैठ के याद करो। हां जी, बड़ा वड्डा जे आपां दी पिछोकड़ चली यार, को समा थोड़ा है जी, काहे रे बन खोजन जाई, किते जा सकते हैं, बड़ा लंबा आपां लेक्चर कर सकते हैं, बाणी भी की। हां जी, ये बड़ा वड्डी गल है, काहे रे बन, रब तो इत्थे ही है ना, परमात्मा तो हिरदे दे विच आया। हां जी, मन तू जोत स्वरूप है अपना। सुप्रीम कोर्ट ने कहा कि रब नू घरे बैठ के याद करो, उड़ीसा जगन्नाथपुरी तो इलावा होर किते भी रथ यात्रा नहीं कढ़ी जाएगी। इस शुरुआत करते हैं, फिर कहते कि अकालिया का एक चहेता तुर गया, जाना तो सारे ही है, पर किदा जाता, कोई चंगे टोकरे लैके जाता, कोई दूजे टोकरे लैके जाता। हाँ जी, भगवान राम जी नूं याद किया जाता है, तो कहते रावण नूं भी याद किया जाता, भावें कि जिदा मर्जी याद किया जाता है ना। ठीक है, चलो साहब, जो ना जगन्नाथ पुरी वाला मामला है ना, असल जगन्नाथपुर जो दिन होंगे उदो पूरे भारत रथ यात्रा कढ़ते होंगे सारे, जिहड़ा जो भी हिंदू धर्म के नाल संबंध रखते बंदे है, उसनों बड़ी ही श्रद्धा हलास प्यार मुहब्बत के नाल बड़िया बड़े कट्ठ होंगे, रथ होंगे कई थावां ते, तां सगों चावला साहब जिवें तुसीं उड़ीसा जगन्नाथपुरी लै लो, ਉੱਥੇ ਵਿਸ਼ੇਸ਼ ਤੌਰ ਤੇ ਜੰਗਲਾਂ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਲੱਕੜ ਕੱਟਦੇ ਆ, ਰੱਥ ਬਣਾਉਂਦੇ ਆ ਬੱਚੇ, ਮਤਲਬ ਕਿ ਜਿਹੜੇ ਮਿਸਤਰੀ ਸਪੈਸ਼ਲ ਤੌਰ ਤੇ ਆਉਂਦੇ ਆ ਨਾ ਗਾਉਣ ਦੇ ਵਿੱਚ, ਤੇ ਰੱਥ ਬਣਾ ਕੇ ਫਿਰ ਉਹ ਰੱਥ ਉਸੇ ਨਵੇਂ ਵੇਲੇ ਰੱਥ ਯਾਤਰਾ ਕੱਢਦੇ ਆ। ਉਹ ਇਸ ਤਰ੍ਹਾਂ ਹੋਰ ਬਾਕੀ ਥਾਵਾਂ ਤੇ ਵੀ ਰੱਥ ਯਾਤਰਾ ਕੱਢਦੇ ਆ, ਤੇ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਸੀਗਾ ਇਹ ਕਿ ਸਾਨੂੰ ਦਿਓ ਇਜਾਜ਼ਤ ਕਰੋਨਾ ਦੇ ਵਿੱਚ, ਸੁਪਰੀਮ ਕੋਰਟ ਨੇ ਕਿਹਾ ਤੁਸੀਂ ਘਰ ਵਿੱਚ ਬਹਿ ਕੇ ਰੱਬ ਨੂੰ ਯਾਦ ਕਰੋ, ਅਸੀਂ ਇਸ ਸ਼ਰਤ ਉੱਤੇ ਕਿ ਕਰੋਨਾ ਫੈਲ ਰਿਹਾ ਕਿ ਮੌਤਾਂ ਦਾ ਵਪਾਰ ਹੋਵੇ, ਮੌਤਾਂ ਇੱਥੇ ਹੋਣ, ਅਸੀਂ ਇਸ ਸ਼ਰਤ ਉੱਤੇ ਨਹੀਂ ਦੇ ਸਕਦੇ ਇਜਾਜ਼ਤ। ਇਹ ਸ਼ਰਤ ਭਾਰੀ ਭਾਰੀ ਪੈਣੀ ਹੈ, ਭਾਰਤ ਵਿੱਚ ਅਸੀਂ ਇਕੱਠਾਂ ਨੂੰ ਨਹੀਂ ਇਜਾਜ਼ਤ ਦੇ ਸਕਦੇ ਕਿਉਂਕਿ ਇਕੱਠ ਹੋਊਗਾ ਤਾਂ ਕਰੋਨਾ ਫੈਲੇਗਾ। ਰੱਬ ਹੈ, ਰੱਬ ਤੁਸੀਂ ਆਪਣੇ ਘਰੇ ਬਹਿ ਕੇ ਵੀ ਯਾਦ ਕਰ ਸਕਦੇ ਹੋ, ਘਰੇ ਬਹਿ ਕੇ ਵੀ ਰੱਬ ਨੂੰ ਧਿਆ ਸਕਦੇ ਹੋ, ਤੇ ਰੱਬ ਦੀ ਸ਼ਰਧਾ ਘਰੇ ਬਹਿ ਕੇ ਤੁਸੀਂ ਹਾਸਿਲ ਕਰ ਸਕਦੇ ਹੋ। ਸੁਪਰੀਮ ਕੋਰਟ ਵੱਲੋਂ ਇਹ ਗੱਲ ਕਹਿਣੀ ਬੜੇ ਮਿਹਨਤ ਲੱਗਦਾ, ਗੱਲ ਬਹੁਤ ਮਿਹਨਤ ਲੱਗਦੀ ਗੱਲ ਇਹ, ਤੇ ਬਾਕੀ ਪਤੀਆ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੀ ਆ ਵੀ ਜਿਹੜਾ ਤੁਸੀਂ ਤੁਹਾਡੇ ਸਾਰਾ ਕੁਛ ਆਪਣੇ ਅੰਦਰ ਹੀ ਆ, ਮਨ ਮੰਦਰ ਤਨ ਬੇਸ ਕਲੰਦਰ ਘਾਟੀ ਤੀਰਥ ਨਾਵਾ, ਸ਼ਬਦ ਮੇਰੇ ਪ੍ਰਾਣ ਬਸ ਹੈ ਬੋਰ ਜਨਮ ਨਾਵਾ, ਤੇ ਇਸ ਤਰ੍ਹਾਂ ਬੜਾ ਕੁਛ ਗੁਰੂ ਗ੍ਰੰਥ ਸਾਹਿਬ ਲਿਖਿਆ, ਸਾਰਾ ਕੁਛ ਆਪਣੇ ਅੰਦਰ ਹੀ ਹੈ, ਤੇ ਸੁਪਰੀਮ ਕੋਰਟ ਵੱਲੋਂ ਕੀਤੀ ਟਿੱਪਣੀ ਭਾਰਤ ਤੇ ਬੜੀ ਵੱਡੀ ਬੜੇ ਵੱਡੀ ਇਹ ਸੰਦੇਸ਼ ਦੇ ਰਹੀ ਹੈ ਚਾਵਲਾ ਸਾਹਿਬ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਸਾਡੇ ਨਾਲ ਕਾਲਰ ਨੇ, ਪਰੰਤੂ ਦੱਸ ਦਈਏ ਕਿ ਆਲਮ ਸੈਣਾ ਵਾਲਾ, ਆਲਮ ਸੈਣਾ ਸੈਣਾ ਹੁੰਦੀ ਸੀ, ਚੁਣ ਚੁਣ ਕੇ ਹਾਂਜੀ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲਾ, ਕੋਹ ਕੋਹ ਕੇ ਸ਼ਹੀਦ ਕਰਨ ਵਾਲਾ, ਵੱਡੀਆਂ ਵੱਡੀਆਂ ਫੀਤੀਆਂ ਆਪਣੇ ਮੋਢਿਆਂ 'ਤੇ ਲਵਾਉਣ ਵਾਲਾ, ਅਤੇ ਆਲਮ ਸੈਣਾ ਤਿਆਰ ਕੀਤੀ ਸੀ। ਰਾਤੀ ਪੱਟੀ ਸਾਹਿਬ ਦੱਸ ਕੇ ਗਏ ਸਨ ਕਿ ਭਾਵੇਂ ਕਿ ਆਪਣੀ ਸੈਣਾ ਨੂੰ ਵੀ ਆਪਣੇ ਮਤਲਬ ਜਿਵੇਂ ਸੱਪ ਨਹੀਂ ਕਹਿੰਦੇ, ਆਪਣੇ ਬੱਚੇ ਹੀ ਖਾ ਜਾਂਦੇ ਸੱਪਣੀ, ਉਹ ਵੀ ਖਾ ਗਏ, ਕਹਿੰਦੇ ਇੱਕ ਅੱਧਾ ਬਚਿਆ ਕੋਈ, ਹੁਣ ਪਤਾ ਨਹੀਂ ਕਿੱਥੇ ਬਚਿਆ। ਵੈਸੇ ਬੜੇ ਬਾਹਰ ਬੈਠੇ ਨੇ ਜੀ, ਬਹੁਤ ਇਹਦੇ ਸ਼ਾਗਿਰਦ ਇੱਥੇ ਸਾਨੂੰ ਸੁਣਦੇ ਮਿਲਦੇ ਵੀ ਹੋਣਗੇ, ਬੜੀਆਂ ਬੀਬੀਆਂ ਬੀਬੀਆਂ ਦਾੜੀਆਂ ਪ੍ਰਕਾਸ਼ ਕੀਤੀਆਂ ਨੇ, ਉਹਨਾਂ ਦੇ ਚਿਹਰੇ ਪੜ੍ਹ ਲੈਂਦੇ ਹਾਂ ਅਸੀਂ ਜਦੋਂ ਸਾਨੂੰ ਮਿਲਦੇ ਗਿਲਦੇ ਨੇ ਨਾ, ਉਹਨਾਂ ਨੂੰ ਉਹਨਾਂ ਦਾ ਹੱਥ ਘੁੱਟਣ ਦਾ ਅੰਦਾਜ਼, ਹੱਥ ਮਿਲਾਉਣ ਦਾ ਅੰਦਾਜ਼, ਪਹਿਲਾਂ ਤਾਂ ਹੁਣ ਥੋੜ੍ਹਾ ਸਮਾਂ ਪਹਿਲਾਂ ਅਸੀਂ ਜਾਫੀਆਂ ਵੀ ਪਾ ਕੇ ਮਿਲਦੇ ਹੁੰਦੇ ਸੀ, ਅਸੀਂ ਉਸ ਲੋਕ ਦੇ ਵਾਸੀ ਹਾਂ। ਹਾਂਜੀ, ਆਹ 2 ਸਾਲ ਪਹਿਲਾਂ ਜਦੋਂ ਮਿਲਣਾ ਕਿਸੇ ਨੂੰ ਜਾਫੇ, ਪਤਾ ਲੱਗ ਜਾਂਦਾ ਸੀਗਾ, ਸ਼ਾਬਾਸ਼ੀ ਕੁੜ ਕੁੜ ਕਿਤੇ, ਆਂਡੇ ਕਿਤੇ, ਸ਼ਾਬਾਸ਼ ਸਾਨੂੰ, ਚਾਵਲਾ ਬੜਾ ਵਧੀਆ ਪ੍ਰੋਗਰਾਮ ਕਰਦਾ, ਕਿਆ ਬਾਤ। ਹਾਂਜੀ ਭਾਅ ਜੀ, ਫਿਰ ਮੈਂ ਹੌਲੀ ਜੀ ਕੰਨ 'ਚ ਕਹਿ ਦਿੰਦਾ, ਐਡ ਤਾਂ ਤੁਹਾਡੀ ਦੂਜੇ ਪਾਸੇ ਚੱਲਦੀ ਆ, ਐਨੇ ਬਸ਼ਰਮ ਲੋਕ ਵੀ ਹੈਗੇ ਨੇ ਕੰਨ 'ਚ ਮੇਰੇ ਉੱਚੀ ਸਾਰੀ, ਉਹ ਚਾਵਲਾ ਆ ਗਿਆ, ਬੱਲੇ ਬੱਲੇ, ਬੜੀ ਵਧੀਆ ਮਲੀ ਆਵਾਜ਼, ਬੜੀ ਬੁਲੰਦ ਆਵਾਜ਼ ਆ। ਹਾਂਜੀ ਭਾਅ ਜੀ, ਐਡ ਤਾਂ ਦੂਜੇ ਪਾਸੇ ਚੱਲਦੀ ਆ, ਜਿਹੜਾ ਤੁਹਾਨੂੰ ਕੀੜੇ ਪਾਉਂਦਾ, ਜਿਹੜਾ ਤੁਹਾਨੂੰ ਸੀਖੜੇ ਕਹਿ ਕਹਿ ਕੇ ਵੀ ਪੁਕਾਰਦਾ,
चुप क्योंकि अंदर कुछ हो रहा ना दाड़ा प्रकाश किया उत्तों की श्री साहब पाया अंदर तो नहीं ना वो अंदर तो आह मुहम्मद इजहार आलम वर्गे जेडे ओदे करिंदे इत्थे तुरे फिरदे ओह ने एक ते सट किते पूरे उन्हें हाँ जी जेडे शहीदां दे मड़ियां दे उत्ते सिवियां दे उत्ते रोटियां सेकदे ने अपनी माँ दे दुध नूं कलंक लाया उन्होंने अपने ही मुंडियां नूं अपने ही भरावां नूं पढ़ा के शहीद करवा के ओह ने इन्हों तो सानू आस भी कोई नहीं मेरा रुसे नकल गया वाला जग भावे सारा रुस एक दिन क्या सी वो कभी पिछे विखण भी नहीं दिता पर इन्हों के चेहरे से नंगे करते रहे होंगे रहने हो गए भी यह तुर गया टोकरा लैके की कहना चाहोगे चंगे मंगते माड़े माड़े चंगे कर्मा का अपने सिर उत्ते भार लैके जाता चावला साहब बंदा रही दुनिया तक समझ नहीं आई कि इतने रोजा शरीफ हैगा फ्रांस के विच ते उत्थे बड़े महान आत्मावां ਦੇ ਜਿਹੜੇ ਉੱਥੇ ਸੰਸਕਾਰ ਹੁੰਦੇ ਆ ਤੇ ਇਹਨਾਂ ਨੂੰ ਵੀ ਉਹਨਾਂ ਮਹਾਨ ਆਤਮਾਵਾਂ ਦੇ ਵਿੱਚ ਹੀ ਗਿਣਿਆ ਗਿਆ ਉੱਥੇ ਹੀ ਇਹਨਾਂ ਨੂੰ ਦੇ ਸਪੁਰਦ ਖਾਕ ਕੀਤਾ ਜਾਏਗਾ ਇਜ਼ਹਾਰ ਆਲਮ ਨੂੰ ਕਾਫੀ ਕੰਮ ਕੀਤੇ ਇਹਨਾਂ ਨੇ ਡੀ ਜੀ ਪੀ ਜਿਹੜਾ ਵੀ ਰਹੇ ਨੇ ਜਨਾਬ ਨੇ ਤੁਹਾਨੂੰ ਦੱਸਤਾ ਵੀ ਆਲਮ ਸੈਨਾ ਬਣਾਈ ਸੀ ਸਿੱਖ ਮੁੰਡਿਆਂ ਦੇ ਕਾਫੀ ਇਹਨਾਂ ਨੇ ਨੁਕਸਾਨ ਕੀਤਾ ਪੰਜਾਬ ਦੇ ਵਿੱਚ ਤੇ ਇਹਨਾਂ ਨੇ ਕਾਫੀ ਜਿਹੜਾ ਕਿ ਪੰਜਾਬ ਦੇ ਵਿੱਚ ਨਾ ਉੱਤਰ ਪ੍ਰਦੇਸ਼ ਦੇ ਇਹ ਜੰਪਰ ਹੈਗੇ ਆ ਪੰਜਾਬ ਚ ਆ ਕੇ ਇਹਨਾਂ ਨੇ ਪਹਿਲਾਂ ਮਦਰਸੇ ਤੋਂ ਕੀਤੀ ਪੜ੍ਹਾਈ ਤੇ ਫਿਰ ਬਾਅਦ ਵਿੱਚ ਆਈ ਟੀ ਐਸ ਕਰਕੇ ਉਸ ਵਿੱਚ ਆ ਗਏ ਫਿਰ ਅਕਾਲੀ ਦਲ ਵਿੱਚ ਆ ਗਏ ਅਕਾਲੀ ਦਲ ਵਿੱਚ ਜਦੋਂ ਟਿਕਟ ਮਿਲਣ ਲੱਗੀ ਤਾਂ ਇਹਨਾਂ ਦਾ ਵਿਰੋਧ ਹੋਇਆ ਫਿਰ ਧਰਮ ਪਤਨੀ ਇਹਨਾਂ ਦੀ ਹੈਗੀ ਆ ਫਰਜ਼ਾਨਾ ਨਸਾਰਾ ਖਤੂਨ ਉਸ ਨੂੰ ਵੀ ਬਣਾਇਆ ਗਿਆ ਤੇ ਪਰ ਆਪਣੀ ਦੇਹ ਦਾ ਜਿਵੇਂ ਕਿ ਇਹ ਵਕਫ ਬੋਰਡ ਹੈਗਾ ਉਹਦੇ ਵੀ ਚੇਅਰਮੈਨ ਰਹੇ ਹੈਗੇ ਆ ਤੇ ਕੁਝ ਹੋਰ ਸੰਸਥਾਵਾਂ ਦੇ ਮੁਖੀ ਵੀ ਰਹੇ ਆ ਇਜ਼ਹਾਰ ਆਲਮ ਸਮਝ ਨੀ ਆਈ ਗੱਲ ਵੀ ਸਿੱਖ ਮੁੰਡਿਆਂ ਦੇ ਇੰਨਾ ਕਤਲੇਆਮ ਕਰਨ ਵਾਲੇ ਇੱਕ ਇਨਸਾਨ ਇੱਕ ਬੰਦੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਕਿਵੇਂ ਮਿਲਦੀ ਇਹ ਹੁਣ ਬਾਦਲ ਸਾਹਿਬ ਜਾਣਦੇ ਆ ਖੈਰ ਬਾਦਲ ਸਾਹਿਬ ਵੀ ਸਾਡੇ ਠੀਕ ਨੇ ਪਰ ਇਹ ਚੰਗੇ ਮੰਦੇ ਕਰਮਾਂ ਦਾ ਕਹਿੰਦੇ ਹੋਣੇ ਅਮਲਾਂ ਦੇ ਨਾਲ ਨਿਬੇੜੇ ਬਾਤ ਕਿਸੇ ਪੁੱਛਣੀ ਨਹੀਂ ਚੱਲ ਤੁਰ ਗਿਆ ਜੀ ਮੁਹੰਮਦ ਇਜ਼ਹਾਰ ਆਲਮ ਇਹਦਾ ਵੱਡਾ ਵੀ ਤੁਰ ਗਿਆ ਸੀਗਾ ਅਤੇ ਕਹਿੰਦੇ ਨੇ ਕਿ ਜਿਹੜੇ ਤੁਸੀਂ ਦਾਨਿਸ਼ਮੰਦਾਂ ਦੀ ਗੱਲ ਕੀਤੀ ਆ ਔਰੰਗਜ਼ੇਬ ਨੂੰ ਵੀ ਉਹ ਆਪਣੇ ਉਸ ਵਕਤ ਦੇ ਕਹਿੰਦੇ ਦਾਨਿਸ਼ਮੰਦ ਹੀ ਮੰਨਦੇ ਸੀ ਜ਼ਕਰੀਏ ਨੂੰ ਵੀ ਮੰਨਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਉਹਨੂੰ ਵੀ ਮੰਨਦੇ ਮੰਨਣ ਨੂੰ ਕੀ ਹੈ ਮੰਨੀ ਚੱਲਣ ਪਰ ਕਹਿੰਦੇ ਨੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿਤੇ ਪੰਥਕ ਜਮਾਤ ਹੈ ਅੰਦਰ ਪੰਜਾਬ ਪਾਰਟੀ ਉਹਦੇ ਵਿੱਚ ਸੋਗ ਦੀ ਲਹਿਰ ਹੈ ਕਿ ਸਾਡਾ ਬੰਦਾ ਤੁਰ ਗਿਆ ਜੀ ਬੜੇ ਕੰਮ ਲੱਗੀਆਂ ਨੇ ਖਬਰਾਂ ਕਿਆ ਬਾਤ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿ ਅੱਜ ਬੜਾ ਦੇਸ਼ਾਂ ਦੇ ਵਿੱਚ ਵੀ ਇਹਨਾਂ ਦੇ ਘਰਾਂ 'ਚ ਮੈਂ ਅੱਜ ਰੋਟੀ ਨਹੀਂ ਪੱਕਣੀ ਯਾਰ ਬੰਦਾ ਤੁਰ ਗਿਆ ਯਾਰ ਉਹ ਮਾੜੀ ਗੱਲ ਆ ਖੈਰ ਜਾਣਾ ਸਭ ਨੇ ਚੱਲਦਾ ਸਾਹਿਬ ਦੇਖੋ ਜਾਣਾ ਸਭ ਨੇ ਸੌਰੀ ਵੰਜਣਾ ਸਭ ਨੇ ਮਤਲਬ ਸਭ ਨੇ ਸੌਰੀ ਵੰਜਣਾ ਸਭ ਮੁਕਲਾਉਣਾ ਜਾਣਾ ਹੈ ਸਰਤ ਇਹ ਬੰਦਾ ਕਰਕੇ ਕੀ ਗਿਆ ਬਸ ਮਾਵਾਂ ਦੇ ਪੁੱਤ ਇਹਨਾਂ ਨੇ ਸਿਰਫ ਅਤੇ ਸਿਰਫ ਆਪਣੀਆਂ ਫੀਤੀਆਂ ਵਧਾਉਣ ਖਾਤਰ ਜਿਹੜੇ ਇਹ ਸਰਕਾਰੀ ਮਸ਼ੀਨਰੀ ਦੇ ਕਰਿੰਦੇ ਸਨ ਇਹਨਾਂ ਨੂੰ ਸੈੱਟ ਕੀਤਾ ਸੀ ਇਨਸਾਫ ਦਵਾਉਣ ਵਾਸਤੇ ਤੁਸੀਂ ਇਨਸਾਫ ਕਰਨਾ ਜੇ ਤੁਹਾਨੂੰ ਮਾੜਾ ਬੰਦਾ ਨਜ਼ਰ ਆਉਂਦਾ ਹੈ ਉਹਨੂੰ ਫੜੋ ਉਹਤੇ ਕੇਸ ਦਰਜ ਕਰੋ ਅਦਾਲਤ ਪੇਸ਼ ਕਰੋ ਅਦਾਲਤ ਫੈਸਲਾ ਕਰੋ ਜੇ ਉਹ ਗੁੰਮਰਾਹ ਹੋ ਗਿਆ ਜਾਂ ਉਹ ਗਲਤ ਰਾਹ ਤੁਰਿਆ ਜੇ ਉਹਨੇ ਕਤਲ ਵੀ ਕੀਤਾ ਜਾਂ ਕੋਈ ਗਲਤੀ ਵੀ ਹੋਈ ਹੈ ਭਾਵੇਂ ਉਹ ਸਟੇਨਗਨਾਂ ਲਈ ਫਿਰਦਾ ਤੁਹਾਡੇ ਆ ਪਟਿਆਲੇ ਵਾਲਾ ਜਿਹੜਾ ਸੀਗਾ ਉਹ ਅਸ਼ਵਨੀ ਕੁਮਾਰ ਬੰਬ ਲੋਸਟ 20 ਬੰਬ ਫੜੇ ਸੀ ਉਹਦੇ ਕੋਲ ਉਹਤੇ ਤਾਂ ਕੋਈ ਮੁਕੱਦਮਾ ਚੱਲਿਆ ਨਹੀਂ ਹੈ ਉਹ ਟਵਾਏ ਸੀ ਨਾ ਖਿਡਾਉਣੇ ਸੀ ਉਹਦੇ ਕੋਲੋਂ ਸੋ ਕਹਿਣ ਤੋਂ ਭਾਵ ਇਸ ਤਰ੍ਹਾਂ ਦੇ ਹੋਰ ਵੀ ਬੜੇ ਸੀ ਕਿ ਜੇ ਉਸ ਵਕਤ ਸਿੱਖਾਂ ਦੇ ਪੁੱਤ ਉੱਤੋਂ ਦੇ ਸ੍ਰੀ ਸਾਹਿਬ ਵੀ ਪਾਉਂਦੇ ਸੀ ਤਾਂ ਇਹਦੀ ਆਲਮ ਸੈਨਾ ਫੜ ਲਓ ਲੈ ਕੇ ਕੀ ਕਰਦੀ ਸੀ ਕਿਵੇਂ ਧੀਆਂ ਭੈਣਾਂ ਦੇ ਨਾਲ ਰੇਪ ਹੋਏ ਮੇਰੇ ਵੀਰ ਕਹਿੰਦੇ ਇਹ ਨਾ ਬੋਲਿਆ ਕਰੋ ਕਿਉਂ ਨਾ ਬੋਲੋ ਦੱਸਣਾ ਬਣਦਾ ਨਹੀਂ ਨਾ ਬਦਨਾਮ ਕੀਤਾ ਗਿਆ ਸੋ ਅੱਜ ਤੁਰ ਗਿਆ ਚਲੋ ਠੀਕ ਹੈ ਜਾਣਾ ਸਾਰਿਆਂ ਨੇ ਕੋਈ ਖੁਸ਼ੀ ਵਾਲੀ ਗੱਲ ਨਹੀਂ ਗੀ ਸਿਰਫ ਇਹਦੇ ਕੀਤੇ ਹੋਏ ਕੰਮ ਜਿਹੜੇ ਨੇ ਉਹ ਯਾਦ ਆ ਰਹੇ ਨੇ ਕਿ ਇਹ ਬਾਦਲ ਪਰਿਵਾਰ ਨੇ ਜਦੋਂ 97 ਦੇ ਵਿੱਚ ਇਹ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਕਿ ਜਿਹੜੇ ਤੁਹਾਡੇ ਪੁੱਤਾਂ ਦੇ ਕਾਤਲ ਨੇ ਅਸੀਂ ਉਹਨਾਂ ਨੂੰ
ਬਣਦੀਆਂ ਸਜਾਵਾਂ ਦੇਵਾਂਗੇ। ਸਜਾਵਾਂ ਕੀ ਦੇਣੀਆਂ ਸੀ? ਫੀਤੀਆਂ ਦੇ ਫੀਤੀਆਂ ਲਾਈਆਂ। ਬੜਾ ਕੁਝ ਹੁਣ ਵੇਖਿਓ ਤੁਸੀਂ, ਹੋਰ ਵੀ ਲਿਖਿਆ ਜਾਣਾ, ਅਸੀਂ ਤੇ ਸਿਰਫ ਤੁਹਾਨੂੰ ਦੱਸ ਹੀ ਰਹੇ ਹਾਂ। ਆਪਾਂ ਕਾਲ ਲੈ ਲੈਣੇ। ਵੈਲਕਮ ਜੀ। ਹਾਂ ਵੀਰ ਜੀ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ, ਸਤਿ ਸ੍ਰੀ ਅਕਾਲ ਜੀ। ਬੜਾ ਸੋਹਣਾ ਤੁਸੀਂ ਮਤਲਬ ਗੁਰੂ ਬਾਬਾ ਜੀ ਦਾ ਜਿਹੜਾ ਬਚਨ ਹੈ ਨਾ, ਇਹ ਤਾਂ ਰੇਵਨ ਕਾਹੇ ਰੇਵਨ ਖੋਜ ਨੀ ਜਾਈ, ਦੇਖੋ ਵੀ ਘਰੇ ਬਹਿ ਜਾ, ਬਹੁਤ ਕੁਛ ਆ ਘਰੇ ਤੇਰੇ ਅੰਦਰੀ, ਤੇਰੇ ਬਹੁਤ ਕੁਛ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਐਂਡ ਤੇ ਭੋਗ ਪਾਤਾ, ਰੇਮਨ ਐਸੋ ਕਰ ਸੁਨਿਆਸਾ, ਮਨ ਮੇ ਸਦਨ ਸਦਨ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਤੁਸੀਂ ਆਪਣੇ ਘਰ ਚ ਰਹੋਗੇ, 40 ਮੈਂਬਰ ਆ ਤੁਹਾਡੇ ਘਰ ਦੇ, ਲੇਕਿਨ ਤੁਸੀਂ ਨਿਆਰੇ ਰਹੋਗੇ ਜੇ ਮੇਰੇ ਨਾਲ ਯਾਰੀ ਰੱਖਣੀ ਹੈ, ਜੇ ਲੋਕਾਂ ਨਾਲ ਰੱਖਣੀ ਹੈ ਫਿਰ ਤੁਰਿਆ ਫਿਰ ਡੋਰ ਖੜਕਾਈ ਆ ਤੁਸੀਂ ਇਹਨਾਂ ਲੋਕਾਂ ਦੇ। ਇਹ ਜਿਹੜੇ ਬੰਦੇ ਨੌ ਲੈ ਨੇ, ਇਹ ਤਾਂ ਵੈਸੇ ਇਹਨਾਂ ਨੌ ਲੈ ਕੇ ਤਾਂ ਵੈਸੇ ਪਾਪ ਲੱਗ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕਰੀਏ ਕੀ, ਖਬਰ ਤੇ ਦੇਣੀ ਪੈਂਦੀ ਆ ਨਾ, ਪਾਪ ਦਾ ਘੜਾ ਸਾਨੂੰ ਚੁੱਕਣਾ ਪੈਂਦਾ, ਅਸੀਂ ਮੀਡੀਆ ਵਾਲੇ ਆ। ਹਾਂਜੀ, ਉਹ ਗਰੇਵਾਲ ਕਹਿੰਦਾ ਚੋਣ ਲੜਨੀ, ਅਸੀਂ ਉੱਥੇ ਟਾਈਮ ਹੀ ਨੀ ਖਰਾਬ ਕਰਨਾ। ਜਿਹਨਾਂ ਨੇ ਵੋਟਾਂ ਪਾਉਣੀ ਉਹਨਾਂ ਨੇ ਆਪੇ ਹੱਥ ਹੌਲ ਕਰ ਦੇਣੇ ਵੀ ਆ ਜਾ ਲੈ ਵੋਟਾਂ ਸਾਡੇ ਕੋਲੋਂ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਪਵਨ ਗੁਰੂ ਪਾਣੀ ਪਿਤਾ। ਸੋ ਸਮਾਂ ਥੋੜਾ ਹੈ, ਪਾਣੀ ਦੀ ਇੱਕ ਤੁੱਕ ਦੇ ਨਾਲ ਹੀ ਬੜਾ ਕੁਝ ਵਿਆਖਿਆ ਕੀਤੀ ਜਾ ਸਕਦੀ ਹੈ, ਪਰ ਧਰਤੀ ਹੇਠਲਾ ਪਾਣੀ ਖਤਰਨਾਕ ਪੱਧਰ ਤੋਂ ਹੇਠਾਂ ਡਿੱਗਿਆ। ਆਈ ਟੀ ਖਾਨਪੁਰ ਦੁਆਰਾ ਕਰਵਾਈ ਗਈ ਖੋਜ ਤੋਂ ਇਹ ਤੱਥ ਸਾਹਮਣੇ ਆਏ ਨੇ। ਅਸੀਂ ਕਿੱਧਰ ਨੂੰ ਆਪਣਾ ਆਉਣ ਵਾਲਾ ਜਿਹੜਾ ਜਨਰੇਸ਼ਨ ਦਾ ਜਿਹੜਾ ਭਵਿੱਖ ਹੈ ਉਹ ਤੋਰ ਰਹੇ ਹਾਂ, ਕੀ ਬਣੂੰਗਾ, ਕੀ ਹੋਵੇਗਾ, ਇਹ ਤਾਂ ਸਮੇਂ ਦੀ ਬੁੱਕਲ ਦੇ ਵਿੱਚ ਹੈ, ਪਰੰਤੂ ਸੁਚੇਤ ਮਨ ਜਿਹੜੇ ਨੇ ਉਹ ਦੁਖੀ ਨੇ। ਕੀ ਕਹਿਣਾ ਚਾਹੋ? ਕਾਫੀ ਪ੍ਰਭਾਵਿਤ ਹੋਇਆ ਚਾਵਲਾ ਸਾਹਿਬ ਖੋਜ ਸਾਹਮਣੇ। ਵੈਸੇ ਆਪਾਂ ਗੱਲ ਕਰਦੇ ਹੁੰਦੇ ਹਾਂ ਪੰਜਾਬ ਦੇ ਵਿੱਚ ਪਾਣੀ ਦੇ ਦੌਰ ਜਿਹੜਾ ਬਿਲਕੁਲ ਹੇਠਾਂ ਜਾ ਰਿਹਾ, ਖਤਮ ਹੋ ਰਿਹਾ, ਪਰ ਜਿਹੜੀ ਖੋਜ ਆਈ ਹੈ ਇਹ ਹੋਰ ਵੀ ਚਿੰਤਾਜਨਕ ਸਪਸ਼ਟ ਕਰਦੀ ਹੈ। 1974 ਦੇ ਵਿੱਚ ਜਿਹੜਾ ਇਹ ਹਰਿਆਣੇ ਦੇ ਵਿੱਚ ਜਿਹੜਾ ਪਾਣੀ ਸੀਗਾ ਤਕਰੀਬਨ 2 ਮੀਟਰ ਹੇਠਾਂ ਸੀਗਾ ਹਰਿਆਣੇ ਪੰਜਾਬ ਦੇ ਵਿੱਚ। 2010 ਦੇ ਵਿੱਚ ਇਹ 30 ਮੀਟਰ ਹੇਠਾਂ ਪਹੁੰਚ ਗਿਆ ਜੋ ਰਿਪੋਰਟ ਕਹਿੰਦੀ ਹੈ। ਉੱਤਰ ਪ੍ਰਦੇਸ਼ ਦੇ ਬਿਹਾਰ ਵਰਗੇ ਰਾਜਾਂ ਵਿੱਚ ਵੀ ਸਥਿਤੀ ਕੋਈ ਬਹੁਤੀ ਵਧੀਆ ਨਹੀਂ ਹੈਗੀ, ਉੱਥੇ ਵੀ ਮਾੜੀ ਹਾਲਤ ਹੀ ਹੈਗੀ ਹੈ। ਅਜੇ ਐਨ ਦੱਸਦਾ ਹੈਗਾ ਚਾਵਲਾ ਸਾਹਿਬ ਕਿ 1966-67 ਦੇ ਵਿੱਚ ਹਰਿਆਣਾ ਵਿੱਚ 1,92,000 ਹੈਕਟੇਅਰ ਜ਼ਮੀਨ ਜਿਹੜੀ ਕਿ ਇਹ 22 ਜੋੜੀ ਜ਼ਮੀਨ ਬਣੀ ਹੈ ਨਾ, ਇਹ 2017-18 ਵਿੱਚ 14,22,000 ਹੈਕਟੇਅਰ ਜ਼ਮੀਨ ਹੋ ਗਈ, ਜਿਹਦੇ ਚ ਸਿੰਜਾਈ ਵਾਲੀ। ਪੰਜਾਬ ਦੇ ਵਿੱਚ 2017-18 ਵਿੱਚ 30,64,000 ਹੈਕਟੇਅਰ ਜ਼ਮੀਨ ਹੋ ਗਈ, ਜਿਹੜੀ ਕਿ 1960-61 ਦੇ ਵਿੱਚ 2,27,000 ਹੈਕਟੇਅਰ ਸੀ। ਇਹ ਜਿਹੜੀ ਉਦੋਂ ਖੇਤੀਬਾੜੀ ਹੁੰਦੀ ਸੀਗੀ, ਟਿੱਬੇ ਬਹੁਤ ਸੀ, ਚਾਹੇ ਤੁਸੀਂ ਦੇਖਿਆ ਜਾਵਾ ਸਾਹਿਬ ਕਿ ਟਿੱਬਿਆਂ ਦੇ ਵਿੱਚ ਲੋਕ ਨਾ ਗਵਾਰਾ ਬਾਜਰਾ ਮੂੰਗਫਲੀ ਵਰਗੀਆਂ ਫਸਲਾਂ ਕਰਿਆ ਕਰਦੇ ਸੀਗੇ, ਤੇ ਝੋਨਾ ਕਿਤੇ ਨੀ ਹੁੰਦਾ ਸੀਗਾ। ਲੋਕਾਂ ਨੇ ਟਿੱਬੇ ਚੁੱਕਤੇ ਤੇ ਟਿੱਬਿਆਂ ਦੀ ਥਾਂ ਤੇ ਪਾਣੀ ਪਾਉਣ ਵਾਸਤੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ, ਟਿੱਬਿਆਂ ਦੇ ਵਿੱਚ ਲਾਉਣਾ ਸ਼ੁਰੂ ਕਰਤਾ, ਤੇ ਪਾਣੀ ਦਿੱਤਾ ਸਰਕਾਰ ਨੇ ਫ੍ਰੀ, ਤੇ ਫ੍ਰੀ ਇੰਨਾ ਪਾਣੀ ਦਿੱਤਾ ਗਿਆ ਕਿ ਇਹਨਾਂ ਦਿਨਾਂ ਦੇ ਵਿੱਚ ਹੁਣ ਪੂਰਾ ਪੰਜਾਬ ਛੱਪੜ ਬਣਿਆ ਹੋਇਆ ਤੇ ਪੂਰਾ ਛੱਪੜ ਚੱਲ ਰਿਹਾ ਤੇ ਪਾਣੀ ਨਿਕਲ ਰਿਹਾ ਧਰਤੀ ਦੇ ਵਿੱਚੋਂ। ਅਸੀਂ ਰੋਂਦੇ ਹੈਗੇ ਹਾਂ ਕਿ ਡੇਲੀ ਬੰਦਾ ਜਦੋਂ ਲੈਟਰਿੰਗ ਬਹਿੰਦਾ ਸੀਟ ਦੇ ਉੱਪਰ ਤੇ 8-10 ਲੀਟਰ ਪਾਣੀ ਇੱਕ ਵਾਰੀ ਫਲੈਸ਼ ਕਰ ਦਿੰਦਾ, ਅਸੀਂ ਉਹਨੂੰ ਰੋਂਦੇ ਹਾਂ, ਪਰ ਇਹ ਨੀ ਰੋਂਦੇ ਕਿ ਧਰਤੀ ਚੋਂ ਪਾਣੀ ਨਿਕਲ ਕੇ ਸਾਡਾ ਕਿੰਨਾ ਨੁਕਸਾਨ, ਕਿੰਨਾ ਪਾਣੀ ਜਾ ਰਿਹਾ। ਇਹ ਤਾਂ ਅਸੀਂ ਰੋਂਦੇ ਹਾਂ ਕਿ ਸਾਨੂੰ ਬਿਜਲੀ ਨੀ ਮਿਲ ਰਹੀ, ਪਰ ਇਹ ਕਦੇ ਨੀ ਰੋਂਦੇ ਕਿ ਅਸੀਂ ਬਿਜਲੀ ਨਾ ਲੈ ਕੇ ਕਿ ਬਿਜਲੀ ਲੈ ਕੇ ਅਸੀਂ ਜਨਰੇਸ਼ਨ ਨੂੰ ਕੀ ਦੇ ਰਹੇ ਹਾਂ, ਬਿਲਕੁਲ ਜਿਹੜੀ ਸਾਡੀ ਅਗਲੀ ਜਨਰੇਸ਼ਨ ਆ ਉਹਨੂੰ ਬੰਜਰ ਪੰਜਾਬ ਦੇ ਰਹੇ ਹਾਂ, ਰਾਜਸਥਾਨ ਵਰਗਾ ਪੰਜਾਬ ਦੇ ਰਹੇ ਹਾਂ ਅਸੀਂ। ਜਿੰਨਾ ਝੋਨਾ ਬੀਜਣ ਵਾਲੇ ਨੇ, ਜਿੰਨਾ ਧਰਤੀ ਦੀ ਹਿੱਕ ਦੇ ਵਿੱਚੋਂ ਆਪਣੀ ਮਾਂ ਦਾ ਦੁੱਧ ਕੱਢ ਕੱਢ ਕੇ ਜਿਹੜਾ ਹੈ ਬਰਬਾਦ ਕਰ ਰਹੇ ਨੇ, ਜੇ 1 ਸਾਲ ਵੀ ਸਕਿੱਪ ਕਰ ਦੇਣ ਵੀ ਐਰਕੀ ਅਸੀਂ ਝੋਨਾ ਨਹੀਂ ਬੀਜਣਾ, ਐਰਕੀ ਅਸੀਂ ਕੋਈ ਹੋਰ ਆਈਟਮ ਬੀਜਣੀ ਹੈ, ਉਹਦੇ ਨਾਲ ਧਰਤੀ ਨੂੰ ਕਿੰਨੀ ਰਾਹਤ ਮਿਲੂਗੀ। ਸਿਰਫ 1 ਸਾਲ ਹੀ ਕਰ ਲੈਣ, 1 ਸਾਲ ਅੱਧੇ ਇਲਾਕੇ 'ਚ, 1 ਸਾਲ ਅੱਧੇ ਇਲਾਕੇ 'ਚ ਹੀ ਕਰ ਲੈਣ, ਕਿਤੇ ਸਿਆਣੇ ਬਣ ਜਾਣ ਕਿਤੇ, ਹੈ ਨਾ, ਤੇ ਫਿਰ ਵੀ ਬਚਾਅ ਹੋ ਸਕਦਾ। ਨਹੀਂ ਤਾਂ ਚਲੋ ਅੱਗੇ ਭਵਿੱਖ ਦੇ ਵਿੱਚ ਕੀ ਲਿਖਿਆ ਉਹ ਤਾਂ ਸਮਾਂ ਦੱਸੇਗਾ। ਤਾਂ ਦੋਸਤੋ, ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ। ਸੋ ਸਾਡੇ ਵੀਰ ਨੇ ਵੀਡੀਓ ਪੈਲਸ ਦੇ ਸਰਦਾਰ ਹਰਜਿੰਦਰ ਸਿੰਘ ਜੀ ਬੜੇ ਮਿੱਠ ਬੋਲੜੇ, ਅਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਰਣਬੀਰ ਸਿੰਘ ਜੀ, ਹਾਂਜੀ, ਜਦੋਂ ਵੀ ਜਾਣਾ ਕਿਤੇ ਹਰਜਿੰਦਰ ਭਾਅ ਜੀ ਨੂੰ ਮਿਲਣ ਤਾਂ ਰਣਬੀਰ ਹੁਣਾਂ ਦੇ ਪਿਤਾ ਜੀ ਉੱਥੇ ਬੈਠੇ ਹੁੰਦੇ ਸਨ, ਬੜਾ ਪਿਆਰ ਸਤਿਕਾਰ ਮਿਲਣਾ, ਬੜਾ ਨਿੱਘ ਮਿਲਣਾ, ਹਾਲ ਚਾਲ ਪੁੱਛਣਾ ਔਰ ਪਾਣੀ ਧਾਣੀ ਪੁੱਛਣਾ,
ਤੇ ਜਦੋਂ ਵੀ ਕਿਤੇ ਮਿਲਣਾ ਹਾਂਜੀ ਬੜਾ ਅੱਛਾ ਉਹਨਾਂ ਦੇ ਨਾਲ ਜਿਹੜਾ ਲੰਬਾ ਸਮਾਂ ਮਤਲਬ ਦੁਕਾਨ ਵੀ ਕੀਤੀ ਉਹਨਾਂ ਨੇ ਗ੍ਰੀਨ ਪਲਾਜ਼ੇ ਦੇ ਵਿੱਚ ਜਦੋਂ ਹੁੰਦੀ ਸੀ ਫਿਰ ਦੋ ਤਿੰਨ ਉਦੋਂ ਵੀਡੀਓ ਦਾ ਬੜਾ ਵੱਡਾ ਕੰਮ ਹੁੰਦਾ ਸੀ ਅੱਜ ਸਰਦਾਰ ਰਣਵੀਰ ਸਿੰਘ ਜੀ ਚਲੇ ਗਏ ਨੇ ਇਸ ਸੰਸਾਰ ਤੋਂ ਉਹਨਾਂ ਦੀਆਂ ਰਸਮਾਂ ਕੱਲ੍ਹ ਨੂੰ ਹੋਣਗੀਆਂ 7 ਜੁਲਾਈ ਨੂੰ ਬ੍ਰੈਂਪਟਨ ਕ੍ਰੈਮਟੇਰੀਅਨ ਸੈਂਟਰ ਦੇ ਵਿੱਚ ਔਰ ਇੱਥੇ ਜਿਹੜਾ ਹੈ 10 ਵਜੇ ਤੋਂ ਲੈ ਕੇ 12 ਵਜੇ ਤੱਕ ਹੋਵੇਗਾ ਸੋ ਜਾਣ ਤੋਂ ਪਹਿਲਾਂ ਤੁਸੀਂ ਜ਼ਰੂਰ ਇਹ ਨੋਟ ਕਰ ਲਿਓ ਕਿ ਕਿੰਨੀ ਕਪੈਸਿਟੀ ਹੈ ਅਸੀਂ ਜਾ ਸਕਦੇ ਹਾਂ ਜਾਂ ਨਹੀਂ ਜਾ ਸਕਦੇ ਕਿਹੋ ਜਿਹਾ ਸਮਾਂ ਆ ਗਿਆ ਸੀ ਦੁੱਖ ਦੀ ਘੜੀ ਦੇ ਵਿੱਚ ਵੀ ਗੱਲ ਨਹੀਂ ਲੱਗ ਸਕਦੇ ਕਿਸੇ ਦੇ ਹਾਂਜੀ ਸੋ ਤੁਸੀਂ ਜ਼ਰੂਰ ਉਹਨਾਂ ਦਾ ਜਿਹੜਾ ਹੈ ਪਤਾ ਕਰਕੇ ਫਿਰ ਹੀ ਜਾਣ ਦੀ ਕੋਸ਼ਿਸ਼ ਕਰਨਾ ਕਿਉਂਕਿ ਜਿਹੜੇ ਅਦਾਰੇ ਨੇ ਉਹਨਾਂ ਨੂੰ ਵੀ ਕੋਈ ਨੁਕਸਾਨ ਨਾ ਪਹੁੰਚੇ ਅਤੇ ਪਰਿਵਾਰ ਵੀ ਕਿਸੇ ਇਸ ਦੁੱਖ ਦੀ ਘੜੀ ਦੇ ਵਿੱਚ ਹੋਰ ਸਖਤੇ ਚ ਨਾ ਆਵੇ ਸੋ ਸਾਨੂੰ ਹਮਦਰਦੀ ਹੈ ਅਸੀਂ ਹਮਦਰਦੀ ਪ੍ਰਗਟ ਕਰਦੇ ਹਾਂ ਔਰ ਗੁਰਦੁਆਰਾ ਸਾਹਿਬ ਦੇ ਵਿੱਚ 1 ਵਜੇ ਤੋਂ ਲੈ ਕੇ 3 ਵਜੇ ਤੱਕ ਤੁਸੀਂ ਜਿਹੜਾ ਹੈ ਅਰਦਾਸ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਇੱਥੇ ਹਾਂ ਤੁਸੀਂ ਜਾ ਸਕਦੇ ਹੋ ਉਹਨਾਂ ਨੂੰ ਮਿਲਣਾ ਹੁੰਦਾ ਬੰਦੇ ਦੀਆਂ ਸਿਰਫ ਆਹਮੋ ਸਾਹਮਣੇ ਹੋਣਾ ਹੁੰਦਾ ਮੱਥਾ ਟੇਕੋ ਮਹਾਰਾਜ ਦੀ ਪਰਿਕਰਮਾ ਕਰੋ ਪ੍ਰਸ਼ਾਦ ਲਓ ਅਤੇ ਤੁਸੀਂ ਅਗਲੇ ਨੂੰ ਦੂਰੋਂ ਸਤਿ ਸ਼੍ਰੀ ਅਕਾਲ ਬੁਲਾ ਕੇ ਵੀ ਆ ਸਕਦੇ ਹੋ ਵੀ ਅਸੀਂ ਤੇਰੇ ਨਾਲ ਹਾਂ ਤੇਰੀ ਦੁੱਖ ਦੀ ਘੜੀ ਦੇ ਵਿੱਚ ਸੋ ਤੁਰਨ ਵਾਲਾ ਤੁਰ ਗਿਆ ਜਿਹੜਾ ਇਸ ਵਕਤ ਸਮਾਂ ਹੈ ਉਸ ਨੂੰ ਆਪਾਂ ਜ਼ਰੂਰ ਫੋਲੋ ਕਰੀਏ ਰੂਲ ਐਂਡ ਰੈਗੂਲੇਸ਼ਨ ਨੂੰ ਨਿਯਮ ਨੂੰ ਸੋ ਸਰਦਾਰ ਹਰਜਿੰਦਰ ਸਿੰਘ ਜੀ ਵੀਡੀਓ ਪੈਲਸ ਵਾਲੇ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਰਣਬੀਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਨੇ ਹਰਜਿੰਦਰ ਜੀ ਦਾ ਨੰਬਰ ਦੇ ਦਿੰਦਾ ਮੈਂ 6478967070 6478967070 ਥੋੜ੍ਹਾ ਹੀ ਸਮਾਂ ਪਹਿਲਾਂ ਕੁਝ ਵਰ੍ਹੇ ਮੇਰੇ ਸਾਲ ਵੀ ਨਹੀਂ ਹੋਇਆ ਇਹਨਾਂ ਦੇ ਭਰਾਤਾ ਜੀ ਅਕਾਲ ਚਲਾਣਾ ਕਰ ਗਏ ਸਨ ਸੋ ਸਭਣਾ ਸੌਰੀ ਵੰਜਣਾ ਸਭ ਮੁਕਲਾਵਣ ਹਰ ਪਤਾ ਨਹੀਂ ਪਾਣੀ ਮੈਂ ਤਾਂ ਜਦੋਂ ਬੈਠਦਾ ਇਸ ਮਾਈਕ 'ਤੇ ਸਵੇਰੇ ਸ਼ਾਮ ਕੇ ਸ਼ੁਕਰੀਆ ਅਦਾ ਕਰਦੇ ਉਸ ਉੱਪਰ ਵਾਲੇ ਪਰਵਰਦਗਾਰ ਦਾ ਜਿਸਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਬੰਦੇ ਦਾ ਪਤਾ ਥੋੜ੍ਹੀ ਹੈ ਮੁੜ ਕੇ ਬੰਦਾ ਘਰ ਹੀ ਨਹੀਂ ਆਉਂਦਾ ਇੱਕ ਵਾਰੀ ਹੋਸਪਿਟਲ ਲੈ ਗਿਆ ਜੇ ਉੱਥੇ ਵਧੀ ਹੋਈ ਤਾਂ ਘਰ ਆ ਗਿਆ ਨਹੀਂ ਤਾਂ ਬੰਦਾ ਤਰਸਦਾ ਕਿ ਮੈਂ ਘਰ ਜਾਣਾ ਮੇਰੇ ਸਤਿਕਾਰਯੋਗ ਸਹੁਰਾ ਸਾਹਿਬ ਜਦੋਂ ਹੋਸਪਿਟਲ ਸਨ ਕੋਵਿਡ ਦੇ ਵਿੱਚ ਤਾਂ ਵੀਡੀਓ ਕਾਲ ਦੇ ਉੱਤੇ ਮੈਨੂੰ ਉਹਨਾਂ ਦੇ ਲਫ਼ਜ਼ੇ ਯਾਦ ਆਉਂਦੇ ਨੇ ਕਿ ਘਰ ਜਾਣ ਨੂੰ ਦਿਲ ਕਰਦਾ ਸਾਰਿਆਂ ਦੇ ਘਰ ਜਾਣ ਨੂੰ ਜੀਜਾ ਜੀ ਪੂਰੇ ਉਹ ਵੀ ਕਹਿੰਦੇ ਸੀ ਘਰ ਜਾਣ ਨੂੰ ਦਿਲ ਕਰਦਾ ਬੀ ਜੀ ਮੰਮੀ ਘਰ ਜਾਣ ਨੂੰ ਦਿਲ ਕਰਦਾ ਹੁਣ ਘਰ ਆਪਾਂ ਸਾਰੀ ਉਮਰ ਬਣਾਉਂਦੇ ਰਹਿੰਦੇ ਹਾਂ ਪਰ ਬੰਦਿਆ ਪਤਾ ਕੋਈ ਨਹੀਂ ਤੇਰੀ ਕਿੱਥੇ ਕਦੋਂ ਲਿਖ ਰਹੀ ਹੈ ਘਰ ਜਿਹੜੀ ਚੀਜ਼ ਰੱਖ ਕੇ ਗਿਆ ਤੂੰ ਆਪਣੀ ਮਿਹਨਤ ਨਾਲ ਲਿਆਂਦੀ ਹੋਈ ਪਤਾ ਨਹੀਂ ਉੱਥੇ ਹੀ ਪਈ ਹੋਈ ਨੂੰ ਟੱਚ ਕਰਨਾ ਜਾਂ ਨਹੀਂ ਕਰਨਾ ਹਾਂ ਜਾਣਾ ਸਾਰਿਆਂ ਨੂੰ ਖੈਰ ਵੋਇਸ ਆਫ ਸਿਟੀ 30:20 AM ਤੁਸੀਂ ਸੁਣਦੇ ਜਾ ਰਹੇ ਹੋ ਰਗਲਾ ਪੰਜਾਬ ਬੇਅਦਬੀ ਕਾਂਡ ਦੇ ਵਿੱਚ ਪਰਮਰਾਜ ਉਮਰਾ ਨੰਗਲ ਨੇ ਨਾਰਕੋ ਟੈਕਸ ਕਰਾਉਣ ਦੀ ਹਾਮੀ ਭਰਤੀ ਹੈ ਕੀ ਕਹਿਣਾ ਚਾਹੋਗੇ ਪਹਿਲਾਂ ਪਾਣੀ ਖਿੱਚਦੀ ਮੱਕੀ ਮਗਰੇ ਆ ਜਾਂਦੀ ਝੋਨੇ ਦੀ ਬਾਰੀ ਹਾਈਬ੍ਰਿਡ ਜਿਹੜੀ ਕਿਸਮ ਚੱਲ ਪਈ ਦੇਸੀ ਮੱਕੀ ਆ ਅੱਗੇ ਅੱਧੀ ਔੜ ਮੰਗਦੀ ਸੀ ਹਰ ਸਾਲ ਮਤਲਬ ਕਿੰਨਾ ਪਾਣੀ ਖਿੱਚ ਕੇ ਧਰਤੀ ਮਾਂ ਦੀ ਕੁੱਖ ਦੇ ਵਿੱਚੋਂ ਤੇ ਅਸੀਂ ਸਿਰਫ ਆਪਣੇ ਪੇਟ ਪੂਜਾ ਵਾਸਤੇ ਜਦੋਂ ਕਿ ਪੰਜਾਬੀਆਂ ਨੇ ਖਾਸ ਤੌਰ ਤੇ ਮਾਫ ਕਰਨਾ ਚਲੋ ਅੰਨਦਾਤੇ ਦਾ ਖਿਤਾਬ ਨਾਲ ਹੀ ਫੁੱਲੇ ਫਿਰਦੇ ਆ ਤੇ ਅੰਨਦਾਤੇ ਨੂੰ ਜੋ ਜੁੱਤੀਆਂ ਪੈਂਦੀਆਂ ਨੇ ਉਹ ਸੱਚ ਵਾ ਉਹ ਤੁਸੀਂ ਦੇਖ ਹੀ ਲਿਆ ਤੇ ਅੰਨਦਾਤੇ ਨੇ ਸਿਰਫ ਮੇਰੇ ਖਿਆਲ ਦੇ ਵਿੱਚ 2 ਵਾਰੀ ਮਹੀਨੇ ਦੇ ਵਿੱਚ ਚੌਲ ਬਣਾਉਂਦੇ ਉਹ ਵੀ ਜਰਦਾ ਜੇ ਕੋ ਆ ਗਿਆ ਤੇ ਹਾਂਜੀ ਕਿੰਨੇ ਕੁ ਚੌਲ ਖਾਂਦੇ ਨੇ ਪੰਜਾਬੀ ਆਪਾਂ ਨੂੰ ਪਤਾ ਹੀ ਆ ਫਿਰ ਵੀ ਅਸੀਂ ਲਾਲਚੀ ਹਾਂ ਤੇ ਜੇ ਲਾਲਚ ਦੇ ਨਾਲ ਫਿਰ ਆਪਣੀ ਮਾਂ ਦੀ ਕੁੱਖ ਨੂੰ ਹੀ ਖਾਲੀ ਕਰੀ ਜਾਣਾ ਤੇ ਇਹੋ ਜਿਹੇ ਲਾਲਚ ਨੂੰ ਫਿਰ ਕੀ ਕਰੀਏ ਚਲੋ ਐਨੀਵੇ ਸਭ ਸਿਆਣੇ ਨੇ ਹਾਂਜੀ ਪਰਮਰਾਜ ਉਮਰਾ ਨੰਗਲ ਦਾ ਆ ਗਿਆ ਜੀ ਇਹ ਬਿਆਨ ਉੱਥੇ ਅਦਾਲਤ ਵਿੱਚ ਸਿੱਟ ਨੇ ਪਾਈ ਸੀ ਅਰਜੀ ਤੇ ਅਸੀਂ ਇਹਨਾਂ ਦੇ ਨਾਰਕੋ ਟੈਸਟ ਕਰਨਾ ਚਾਹੁੰਦੇ ਆ ਤੇ ਸੁਮੇਰ ਸੈਣੀ ਤੇ ਚਰਨਜੀਤ ਵਰਗੇ ਬੰਬੇ ਜਿਹੜੇ ਸੀ ਐਸ ਪੀ ਸੀਗਾ ਉੱਥੇ ਸੁਮੇਰ ਸੈਣੀ ਸੀਗਾ ਇਹ ਆਈ ਜੀ ਸੀਗੇ ਉਮਰਾ ਨੰਗਲ ਤੇ ਸੁਮੇਰ ਸੈਣੀ ਜਿਹੜੇ ਸੀਗੇ ਉਹ ਡੀ ਜੀ ਪੀ ਸੀਗੇ ਤੇ ਇਹਨਾਂ ਸੁਮੇਰ ਸੈਣੀ ਤੇ ਚਰਨਜੀਤ ਨੇ ਤਾਂ ਮਨਾ ਕਰਤਾ ਸੀਗਾ ਅਸੀਂ ਨਹੀਂ ਕਰਾਉਂਦੇ ਹੈਗੇ ਨਾਰਕੋ ਟੈਸਟ ਜਿਹੜਾ ਹੈਗਾ ਉਮਰਾ ਨੰਗਲ ਅੱਜ ਕਿਹਾ ਆ ਕਹਿੰਦਾ ਵੀ ਮੈਂ ਇਹ ਟੈਸਟ ਕਰਾਉਣ ਵਾਸਤੇ ਤਿਆਰ ਹਾਂ ਮੈਂ ਜੋ ਵੀ ਕੀਤਾ ਜਿਹੜਾ ਹੈਗਾ ਮੈਂ ਕੋਈ ਇਹੋ ਜਿਹਾ ਗਲਤ ਕੰਮ ਨਹੀਂ ਕੀਤਾ ਹੈਗਾ ਮੇਰੇ ਤੇ ਇਲਜ਼ਾਮ ਲੱਗ ਰਹੇ ਨੇ
तो यह एक नवी गल है डेवलप साहब हूं तक भजद रहे हैं यह नार्को टेस्ट तो गल स्पष्ट हो ही जानी है फिर कौन कितने की है वह सुनेह सैनी भी चरजीत ने भी नार्को टेस्ट करा लेना चाहिए अच्छी गल है पता लगता बंदा सच सच झूठ है झूठा बंदा भजदा हों गलों को बंगाल मरिया माड़ी गल हुई है प्यो नू पता वा कि असीं की करदे आ किवें हड्डियां तोड़दे आ ते किवें नकली मुकाबले पुलिस वाले बणाउंदे ने उहने अपने पुत्तर दी बॉडी नू वेख के हाल दवाई पाई है पर मन्निया कुछ पता इन्हू भी पता समेत सैनी भी पता भी जे पुलिस देता तो इन्होंने भाई डंडा पूरा चाड़ना आने वेलो सजना मैं तो दो नहीं झलने मैं तो सब कुछ दस देना भी किन्ने कहा किन्ने नहीं कहा फिर तुम पता ही है फिर तारा तेने उत्ते तक चढ़ दी अच्छा मेरा एक दो क्वेश्चन ने छोटे छोटे जरूरी ने एक मैं सुनेहा दे दवा जी दोस्तों 1320 मीटर बैंड से नोट करो कि ट्रक का लाइसेंस बड़ी ट्रकिंग इंडस्ट्री वद फुल रही है तुसी लैना हो ट्रक का लाइसेंस कुछ ही दिनों हैवी ड्यूटी ट्रकों के बैठ के वधिया इंस्ट्रक्टर के द्वारा कुछ ही दिनों बॉर्डरक्रॉस लॉग बुक भरनी जां तुसी एयरबेग दी क्लासिस दे नाल नाल जो ट्रक का लाइसेंस लैण लई तुसी जाओगे तो उदों तुसी पास होके आओगे उन्हां दा वादा है गरंटी है डिपेंड करदा तुहाडे ते परंतु वह कोई कसर बाकी नहीं छड़दे लॉक बुक एयरबैग बॉर्डर क्रॉसिंग के नाल नाल तुसी जदों ट्रक का लाइसेंस लै लैंदे हो तां LMIA ते वर्क परमिट का भी प्रबंध करदे ने ते बहुत ही रीजनेबल रेट दे उत्ते तुहानूं ट्रक का लाइसेंस दवाया जा रहा है दीप ट्रक ड्राइविंग एंड फोरकलिफ्ट ट्रेनिंग स्कूल नंबर टू कॉल 6473744441 ते कॉल किया जा सकता है नंबर एनी टाइम तुसी साडे कोल लै सकदे हो 647-374-44-41 ते और कीता साहब डबवाली दे जुग जो होया उत्थे बीजेपी लीडर सुरेश बाजवा दा विरोध होया कपड़े पाटे ने बीजेपी दे आगू जख्मी होए ने एक किसान जख्मी होया उधर राकेश टिकैत फिर गरजे ने कि भीड़ा कानून ही नहीं सरकारां में बदल दिंदियां हन ये मेरे ख्याल दे विच एक स्लोगन बड़ा वड्डा बन गया की कहना चाहोगे क्विकली लगातार जारी हैगा किसानां दा विरोध सुरेश बाजवा नूं घेर लिया खिचा खिच तू वाली वीडियो जारी कीतियां गईआं ने ते खिच तू दे नाल कपड़े फड़े गए उहदे ते तिन आगू जख्मी भी होए ने ते इक किसान भी फिर जख्मी हो गया ते उत्थे किसानां किसान ही हस्पताल च गए ने डब्बाली दे विच हैगा जिहड़ा कि कांड जो किसानां वल्लों वापरिआ गिआ उहनां ने ऐलान भी कीता कि असीं ऐदां ही विरोध करांगे असीं पिछे हटण वाले नहीं हैगे अगे इस कैद ने गल फिर मुड़ के दोहराई आ कि सरकारां बदलदीआं ने भीड़ां सिर्फ कानून ही नहीं कानूनों की गल कोई ऐसी गल नहीं सरकार भी बदल देने उन्होंने यही कहा अब सिरसे भी चल रहा कट्ठा बड़ा बंदा किसान का उत्थे ना 9 महीने हो गए किसान ने बैठा अच्छा जी आगू लाल सिंह अगवाई की उ उस सिरसे कट गई सिरसे इस करके बहुत चर्चित रहा कट है क्योंकि उत्थे ना दुष्यंत चौटाला जोड़ा कि उप मुख्यमंत्री है ने बीजेपी के उन्होंने शहर आ उत्थे रेंदे आ इस करके मोर्चा काफी चर्चित रहा लाल सिंह ने इस मोर्चे ने काफी झंडी हासिल की सारे जोगिंदर यादव तो लैके उत्थे मानसा है रुद्र सिंह मानसा वर्गे बंदे गुरनाम सिंह वर्गे बंदे सारे आगू उत्थे पहुंचे अज उन्होंने सारे संयुक्त मोर्चे ने लाल सिंह एक हल दे के सम्मानित किया किसान जिहड़ा है वह मोर्चा जिहड़ा कि बढ़ रहा है 8 तरीक उन्होंने तेल दियां मार्च करने का ऐलान भी किया गल यह भी बाहर निकल रही है अजे खबर नहीं बनी हो पर सूत्र दस दिया कि 22 तरीक इन्होंने संसद वल मार्च करने का फैसला भी किया किसानों ने बहुत बहुत शुक्रिया शुक्र है कि हल ही दिता हल तो किसान की जिंद जान है परंतु हल टावे ठावा वगदा है इधर मखे पंजाब दे विच हल ना किसानी करने वाला किसान वाकई ही वह तो गोल्ड मैडल का हकदार होना चाहिए जो पंजाब दे विच कोई किसानी हल ना करता भट्टी साहब अपने किदा साहब बहुत बहुत शुक्रिया शाम को मिलते हैं थैंक यू जी शुक्रिया चाल साहब अमरिंदर सिंह सोने में मिलकर आ गया वापस ते रात को कहने जो भी हाई कमांड करेगी सी तुम सहमत अच्छा क्या बात है क्या बात है लो जी तुसी सुन रहे हो चावला न्यूज़ नेटवर्क टोरंटो CNN टोरंटो